इस वेले असी विधानसभा हलका फतेहगढ़ चूड़िया के पिंड मरीदके पहुंचे हाँ। इतों की पंचायत नाल गल करांगे। इत्थे साडे नाल पिंड मरीदके दे कांग्रसी आगू करनबीर सिंह ने, उन्हां नूं पुछांगे पिंड विच की विकास होए ने। हाँ जी सर, सब तो पहला तो मैं तुहाडा धन्नवाद करदा जी, जी आया नूं तुसीं मेरे पिंड च आए आके सारे काम देखे। मेरा ना जी साडे पिंड विच लेडी सरपंच है श्रीमती चरणजीत कौर जी, तो लेडी होण करके उन्होंने मेरी ड्यूटी लवाई भी तुसीं मेरे नाल आके जिहड़े पंचायत दे सारे काम काज आ उहदे विच अपना हिस्सा पाओ ते नाल मेरे साथ दे के ते ओह कम्मां नूं कराओ। असी जी सब तो पहला शुरुआत दे विच शमशान घाट नूं बनाया, फिर असी सीवरेज दा काम चालू कीता। जदों सारियां गलियां दा सीवरेज दा काम निपरे चढ़ गया तो असी तकरीबन सारियां गलियां विच ही इंटरलॉक ते पाइपां दा कनैक्शन कीता। उस तो बाद साढ़े लिए बाजवा साहब ने स्टेनलैस स्टील का बस शैल्टर उपलब्ध कराया। तकरीबन 6 लाख की लागत ना स्टेनलैस स्टील का बस शैल्टर साढ़े अड्डे के उपर बनया पे। फिर असी जी 2 सड़क ब्लैक टॉप लुक वाली रेगा दे विचों पास कराइया, तो एक सड़क तो साढ़े अड्डे तो साढ़े गुरद्वारा साहब तक जोड़ती है जी, उहदे विच बहुत ही सुंदर चौक जिहड़ा है वह बनाया। तो दूजी सड़क साड़ी जो इलाके की मंग सी, क्योंकि वह काफ़ी ज़्यादा 10 पिंडों आपस में जोड़ती है, तो एक बहुत ही शॉर्टकट है साढ़े पिंड तो किला देसा सिंह तक। तो फिर बाजवा साहब ने बड़ी मेहनत करके एक पुल जिहड़ा मंडी बोर्ड तो 35 लाख की लागत ना पास करवा के उहदे रोड के उपर बनवाया जी। करनबीर सिंह जी, तुसीं एक नौजवान जी जंग ब्लड, ਤੁਹਾਡੇ ਕੰਮ ਨੂੰ ਇਹੀ ਵੇਖਿਆ ਕਿ ਉਹ ਕੰਮ ਇਦਾਂ ਲੱਗਦਾ ਜਿੱਦਾਂ ਬੜੇ ਸ਼ੌਂਕ ਦੇ ਨਾਲ ਕਰਵਾਇਆ ਵਾ, ਤੁਸੀਂ ਉੱਤੇ ਰਹੇ ਨਿਗਰਾਨੀ ਹੇਠ ਕਰਵਾਇਆ, ਕਿੱਦਾਂ ਦਾ ਮਹਿਸੂਸ ਹੋਇਆ ਜਾਂ ਤੁਹਾਡੇ ਮਨ 'ਚ ਕੀ ਸੀ ਕਿ ਮੈਂ ਕੰਮ ਨੂੰ ਉੱਤੇ ਰਹਿ ਕੇ ਕਰਾਉਣਾ, ਇੱਕ ਸ਼ੌਂਕ ਹੁੰਦਾ ਕਈ ਵਾਰ? ਦਰਅਸਲ ਜੀ ਮੈਂ 5-6 ਸਾਲ ਬਾਹਰ ਵੀ ਰਿਹਾ ਆਸਟ੍ਰੇਲੀਆ, ਤਾਂ ਫਿਰ ਜਦੋਂ ਮੈਂ ਕੰਪੈਰੀਜ਼ਨ ਕਰਦਾ ਸੀ ਵੀ ਉੱਥੋਂ ਦੇ ਕੰਮ ਦਾ ਉੱਥੇ ਸੀਵਰੇਜ ਜਾਂ ਜਿਸ ਤਰ੍ਹਾਂ ਆਪਣੇ ਇੱਥੇ ਪਿੰਡਾਂ ਦੇ ਵਿੱਚ ਗਲੀਆਂ ਬਣ ਰਹੀਆਂ ਸੀ, ਤਾਂ ਮੇਰੇ ਮਨ 'ਚ ਇੱਕ ਸ਼ੌਂਕ ਸੀ ਕਿ ਮੈਂ ਵੀ ਆਪਣੇ ਪਿੰਡ ਨੂੰ ਵਧੀਆ ਬਣਾਵਾਂ। ਤਾਂ ਜਦੋਂ ਬਾਜਵਾ ਸਾਹਿਬ ਨੇ ਮੇਰੀ ਡਿਊਟੀ ਲਾਈ ਤਾਂ ਮੈਂ ਕੋਸ਼ਿਸ਼ ਕੀਤੀ ਕਿ ਉੱਪਰ ਰਹਿ ਕੇ ਵਧੀਆ ਮਿਸਤਰੀਆਂ ਨੂੰ ਸਮਝਾ ਕੇ ਵਧੀਆ ਤਰੀਕੇ ਨਾਲ ਪੂਰੇ ਮਟੀਰੀਅਲ ਨਾਲ ਕੰਮ ਹੋਵੇ, ਜਿਸ ਤਰ੍ਹਾਂ ਕਿ ਕੰਮ 'ਚ ਕੋਈ ਕਮੀ ਪੇਸ਼ੀ ਨਾ ਆਵੇ, ਕਿ ਗਾਂਹ 20 ਸਾਲ ਸਾਨੂੰ ਗਲੀਆਂ ਦੀ ਗ੍ਰਾਂਟ ਦੀ ਲੋੜ ਨਾ ਪਵੇ, ਅਸੀਂ ਪਿੰਡ 'ਚ ਹੋਰ ਕਈ ਕੰਮ ਜਿਹੜੇ ਆ ਜ਼ਰੂਰੀ ਉਹ ਕਰ ਸਕੀਏ। ਜਿਵੇਂ ਤੁਸੀਂ ਸਕੂਲ ਦਾ ਕੰਮ ਕਰਵਾਇਆ, ਫਿਰ ਤੁਸੀਂ ਕੈਟਲ ਸ਼ੈੱਡ ਵੀ ਬਣਾਏ ਨੇ, ਇਹ ਸਾਰੇ ਤੁਹਾਡੇ ਤੁਸੀਂ ਕੋਸ਼ਿਸ਼ ਕੀਤੀ ਆ ਕਿ ਮੇਰੇ ਪਿੰਡ 'ਚ ਕੋਈ ਵੀ ਸਹੂਲਤ ਆ ਜਿਹੜੀ ਮਿਲ ਰਹੀ ਸਰਕਾਰ ਵੱਲੋਂ ਉਹ ਰਹੇ ਨਾ ਮਿਲੇ? ਬਿਲਕੁਲ ਜੀ, ਵੇਖੋ ਇਹਦੇ ਵਿੱਚ ਮੈਨੂੰ ਜੋ ਲੱਗਦਾ ਕਿ ਜਿਹੜੀ ਵੀ ਸਰਕਾਰ ਦੀ ਸਹੂਲਤ ਆ ਉਹ ਲੋੜਵੰਦ ਤੱਕ ਪਹੁੰਚਣੀ ਚਾਹੀਦੀ ਹੈ। ਕਈ ਵਾਰੀ ਅਸੀਂ ਆਪਣੇ ਸਿਆਸੀ ਹਿੱਤਾਂ ਲਈ ਉਹ ਜਿਹੜੀ ਲੋੜਵੰਦਾਂ ਤੱਕ ਪਹੁੰਚਣ ਨਹੀਂ ਦਿੰਦੇ, ਪਰ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠ ਕੇ ਸਾਨੂੰ ਇਹ ਸਹੂਲਤ ਜਿਹੜੀ ਹੈ ਲੋਕਾਂ ਤੱਕ ਪਹੁੰਚਾਉਣੀ ਚਾਹੀਦੀ ਹੈ, ਜੋ ਵੀ ਸਰਕਾਰ ਦੀ ਆਉਂਦੀ ਆ ਉਹ ਪਹੁੰਚਾਉਣੀ ਚਾਹੀਦੀ ਹੈ। ਸਾਡੇ ਮੰਤਰੀ ਸਾਹਿਬ ਦਾ ਵੀ ਇਹੋ ਹੁਕਮ ਸੀ ਵੀ ਤੁਸੀਂ ਕਿਸੇ ਨਾਲ ਪਾਰਟੀਬਾਜ਼ੀ ਨਹੀਂ ਕਰਨੀ, ਇੱਕ ਮੱਤ ਹੋ ਕੇ ਸਾਰਿਆਂ ਦਾ ਕੰਮ ਕਰੋ, ਕਿਸੇ ਬੰਨੇ ਕੋਈ ਗਲੀ ਨਹੀਂ ਛੱਡਣੀ, ਕਿਸੇ ਬੰਦੇ ਨੂੰ ਸਹੂਲਤ ਤੋਂ ਨਹੀਂ। ਕਣਕ ਵੀ ਤਕਰੀਬਨ ਅਸੀਂ ਸਾਡੇ ਪਿੰਡ ਸਾਰਿਆਂ ਦੇ ਹੀ ਕਾਰਡ ਬਣੇ, ਜਿਹੜਾ ਵੀ ਗਰੀਬ ਲੋੜਵੰਦ ਉਹਨੂੰ ਕਣਕ ਮਿਲਦੀ ਹੈ। ਅਸੀਂ ਨਜਾਇਜ਼ ਕਾਰਡ ਨਹੀਂ ਬਣਾਇਆ, ਫਿਰ ਅਸੀਂ ਨਰੇਗਾ ਦੀ ਜਿਹੜੀ ਲੇਬਰ ਆ ਜੋ ਦਿਹਾੜੀ ਲਾਉਂਦਾ ਉਸ ਹਿਸਾਬ ਨਾਲ ਅਸੀਂ ਲੇਬਰ ਪਾਉਂਦੇ, ਕਿਸੇ ਨੂੰ ਨਜਾਇਜ਼ ਪੈਸਾ ਨਹੀਂ। ਸੋ ਜਦੋਂ ਤੁਹਾਡੇ ਉੱਪਰੋਂ ਤੁਹਾਨੂੰ ਗਾਈਡੈਂਸ ਸਹੀ ਹੋਵੇ, ਸਾਡੇ ਮੰਤਰੀ ਸਾਹਿਬ ਨੇ ਬਹੁਤ ਵਧੀਆ ਕੰਮ ਕੀਤਾ ਹੈ, ਉਹਨਾਂ ਨੇ ਸਾਨੂੰ ਇਹੋ ਹੀ ਕਿਹਾ ਕਿ ਸਾਰਿਆਂ ਦਾ ਕੰਮ, ਫਿਰ ਮੇਰੇ ਵੱਡੇ ਭਰਾ ਵੀ ਨੇ ਅਤੇ ਸਾਡੇ ਸਿਆਸੀ ਆਗੂ ਇਲਾਕੇ ਦੇ ਨੇ ਦਵਿੰਦਰ ਭੋਲੇਕੇ ਜੀ, ਉਹਨਾਂ ਹਰ ਕੰਮ 'ਚ ਮੈਨੂੰ ਸਮਝਾ ਕੇ ਕਿ ਇੱਦਾਂ ਕਰ ਇੱਦਾਂ ਕਰ, ਕਿਉਂਕਿ ਉਹਨਾਂ ਆਪਣਾ ਪਿੰਡ ਵੀ ਬਹੁਤ ਵਧੀਆ ਬਣਾਇਆ ਅਤੇ ਮੈਂ ਉਹਨਾਂ ਕੋਲ ਗਾਈਡੈਂਸ ਲੈ ਕੇ ਸਾਰਾ ਕੰਮ ਕੀਤਾ ਜੀ। ਵੇਖੋ ਤੁਸੀਂ ਫੋਰਨ ਵੀ ਰਹੇ, ਉੱਥੋਂ ਦਾ ਵੇਖਿਆ ਸਿਸਟਮ, ਇਨਵਾਇਰਮੈਂਟ ਉੱਦਾਂ ਦੀ ਵੇਖੀ, ਸਾਫ਼ ਸੁਥਰਾਪਨ ਉੱਥੇ ਵੇਖਿਆ, ਤੁਸੀਂ ਇੱਥੇ ਆਣ ਕੇ ਕਰਨ ਦੀ ਕੋਸ਼ਿਸ਼ ਕੀਤੀ, ਕੀਤਾ ਵੀ। ਸਰਕਾਰ ਅੱਜ ਵੀ ਕੀ ਕਰਦੀ ਆ ਕਿ ਆਪਣੇ ਸਿਆਸੀ ਹਿੱਤਾਂ ਨੂੰ ਵੇਖਦੇ ਹੋਏ ਬਜ਼ੁਰਗਾਂ ਨੂੰ ਰਾਜਨੀਤੀ ਵਿੱਚ ਲੈ ਆਉਂਦੇ ਆ, ਉਹਨਾਂ ਨੂੰ ਹਾਲਾਂਕਿ ਇਹ ਨਹੀਂ ਪਤਾ ਹੁੰਦਾ ਬਹੁਤਿਆਂ ਨੂੰ ਕਿ ਕਿਹੜੀ ਸਹੂਲਤ ਮਿਲਣੀ ਹੈ, ਅਸੀਂ ਲਿਆਉਣੀ ਕਿੱਥੋਂ, ਅਸੀਂ ਕਿਹੜੇ ਆਫਿਸ 'ਚ ਜਾਣਾ। ਜਿੱਦਾਂ ਕਿ ਤੁਸੀਂ ਸਾਨੂੰ ਹੁਣੇ ਐਕਸਪਲੇਨ ਕਰੋ ਕਿ ਜਿਹੜੇ ਕਿ ਇੱਥੇ ਕੈਟਲ ਸ਼ੈੱਡ ਬਣ ਰਹੇ ਆ, ਉਹਨਾਂ ਬਾਰੇ ਥੋੜ੍ਹਾ ਚਾਨਣਾ ਪਾਓ ਕਿ ਹੋਰ ਨਾ ਪਿੰਡਾਂ ਵਾਲਿਆਂ ਨੂੰ ਪਤਾ ਲੱਗ ਸਕੇ। ਹਾਂਜੀ, ਜਿਹੜੀ ਜੀ ਮੈਂ ਸੋਚਦਾ ਕਿ ਹਰ ਇੱਕ ਫੀਲਡ ਵਿੱਚ ਹੁਣ ਨੌਜਵਾਨਾਂ ਦਾ ਆਉਣਾ ਬਹੁਤ ਜ਼ਰੂਰੀ ਹੋ ਗਿਆ। ਆਪਾਂ ਇਹ ਨਾ ਕਹੀਏ ਬਜ਼ੁਰਗਾਂ ਦੀ ਵੀ ਜ਼ਰੂਰਤ ਹੈ ਸਾਨੂੰ, ਪਰ ਨਾਲ ਪੜ੍ਹੇ ਲਿਖੇ ਨੌਜਵਾਨਾਂ ਦਾ ਖਾਸ ਕਰਕੇ ਪੰਚਾਇਤਾਂ ਵਿੱਚ ਜਾਂ ਸਿਆਸੀ ਫੀਲਡ ਵਿੱਚ ਆਉਣਾ ਬਹੁਤ ਜ਼ਰੂਰੀ ਹੋ ਗਿਆ, ਕਿਉਂਕਿ ਉਹ ਇਸ ਫੀਲਡ ਦੇ ਵਿੱਚ ਆ ਕੇ ਆਪਣਾ ਯੋਗਦਾਨ ਪਾਉਣ ਅਤੇ ਅਸੀਂ ਸਾਰੇ ਰਲ ਮਿਲ ਕੇ ਆਪਣੇ ਪਿੰਡਾਂ ਦੀ ਡਿਵੈਲਪਮੈਂਟ ਕਰਾਈਏ।
ਜਿਹੜੀ ਦੂਜੀ ਗੱਲ ਤੁਸੀਂ ਕੈਟਲ ਸ਼ੈੱਡਾਂ ਦੀ ਕੀਤੀ ਆ ਜੀ, ਇਹਦੇ ਵਿੱਚ ਕੀ ਆ ਕਿ ਇਹ ਨਰੇਗਾ ਦੇ कि पिंडां दे विच ग्रांटां खुलियां दे रहे ने कैबिनेट मंत्री, कई थावां दे उत्ते काम हो भी रहा वा पर वो काम तकनीक नाल नहीं हो रहा। हुण तुसीं जिवें सानूं दिखाया वा जिवें कि सड़क दे नाल नाला चल रहा, उहदे नाल तुसीं सड़क दे नाल फिर एक छोटी छोटी कंध कीती ईटां दी टुटे ना, फिर उहदे नाल इंटरलॉक लवाईआं ने, मतलब एक ये काम सारा एक तुसीं नौजवान जंग होण दे करके कीता। तो सरकारां नूं वी इह चाहीदा नहीं कि नौजवानां नूं अगे लै के आउण ਅਤੇ ਉਹ ਵੱਧ ਤੋਂ ਵੱਧ ਪਿੰਡਾਂ ਦਾ ਵਿਕਾਸ ਕਰਾਉਣ, ਜਿਹੜੀਆਂ ਸਹੂਲਤਾਂ ਸਰਕਾਰ ਕੋਲ ਆ ਉਹ ਆਮ ਲੋਕਾਂ ਤੱਕ ਪਹੁੰਚਾਈਆਂ ਜਾਣ? ਬਿਲਕੁਲ ਜੀ, ਇਹ ਤਾਂ ਤੁਹਾਡੀ ਗੱਲ ਸਹੀ ਆ ਕਿ ਹਮੇਸ਼ਾ ਇਹ ਸਾਨੂੰ ਪਿੰਡ ਵਾਲਿਆਂ ਨੂੰ ਵੀ ਚਾਹੀਦਾ ਕਿ ਅਸੀਂ ਕੋਸ਼ਿਸ਼ ਕਰੀਏ ਕਿ ਹਰ ਚੀਜ਼ ਤੋਂ ਉੱਪਰ ਉੱਠ ਕੇ ਜਿਹੜਾ ਪਿੰਡ ਦਾ ਮੁਖੀ ਚੁਣਨਾ ਉਸਨੂੰ ਪੜ੍ਹਿਆ ਲਿਖਿਆ ਹੋਵੇ, ਕਾਬਲ ਹੋਵੇ ਅਤੇ ਹਰ ਜਗ੍ਹਾ ਤੁਹਾਡੇ ਲਈ ਟਾਈਮ ਕੱਢ ਕੇ ਜਾਣ ਵਾਲਾ ਹੋਵੇ। ਇਹ ਸਨ ਸਾਡੇ ਨਾਲ ਕਾਂਗਰਸੀ ਆਗੂ ਕਰਨਵੀਰ ਸਿੰਘ ਜੀ, ਜਿਨ੍ਹਾਂ ਨੇ ਕਿ ਪੰਚਾਇਤ ਦਾ ਵੀ ਪੂਰਾ ਸਹਿਯੋਗ ਦਿੱਤਾ ਅਤੇ ਇਹਨਾਂ ਦਾ ਵੀ ਪੰਚਾਇਤ ਨੇ ਸਹਿਯੋਗ ਦਿੱਤਾ ਅਤੇ ਇਹਨਾਂ ਰਲ ਮਿਲ ਕੇ ਹੋਰ ਵੀ ਇੱਥੋਂ ਦੇ ਜਿਹੜੇ ਸੁਝਾਅ ਵਧੀਆ ਦੇਣ ਵਾਲੇ ਨੇ ਦਵਿੰਦਰ ਭੋਲੇਕੇ ਜੀ ਹੁਣਾਂ ਦੀ ਵੀ ਸਲਾਹ ਲਈ, ਆਪਣੇ ਪਿੰਡ ਨੂੰ ਇੱਕ ਵਧੀਆ ਨਮੂਨੇ ਦਾ ਪਿੰਡ ਬਣਾਉਣ ਵਾਸਤੇ ਹਰ ਇਹਨਾਂ ਸੰਭਵ ਯਤਨ ਕੀਤਾ ਅਤੇ ਪਿੰਡ ਦੇ ਵਿੱਚ ਬਹੁਤ ਸਾਫ਼ ਸੁਥਰਾ ਵਧੀਆ ਇਹਨਾਂ ਨੇ ਕੰਮ ਕਰਵਾਇਆ। ਇਹ ਵੀ ਗੱਲ ਕਹਿ ਰਹੇ ਨੇ ਕਿ ਰਾਜਨੀਤੀ ਦੇ ਵਿੱਚ ਪੜ੍ਹੇ ਲਿਖੇ ਨੌਜਵਾਨਾਂ ਨੂੰ ਆਉਣਾ ਚਾਹੀਦਾ, ਘੱਟੋ ਘੱਟ ਆਪਣੇ ਪਿੰਡ ਦਾ ਜਿਹੜਾ ਕਿ ਉਹ ਚੰਗਾ ਵਿਕਾਸ ਕਰਵਾ ਸਕਣ। ਕਈ ਸਹੂਲਤਾਂ ਜਿਹੜੀਆਂ ਕਿ ਸਰਪੰਚਾਂ ਨੂੰ ਓਲਡ ਏਜ ਨਹੀਂ ਪਤਾ ਲੱਗਦਾ, ਜੰਗ ਨੂੰ ਉਸ ਚੀਜ਼ ਦਾ ਪਤਾ ਹੁੰਦਾ, ਵੱਧ ਤੋਂ ਵੱਧ ਆਪਣੇ ਪਿੰਡ ਦੇ ਵਿੱਚ ਲਿਆਉਂਦੀਆਂ ਜਾਣ ਤਾਂ ਕਿ ਕਿਤੇ ਨਾ ਕਿਤੇ ਪਿੰਡ ਦਾ ਵਿਕਾਸ ਹੋ ਸਕੇ, ਗਰੀਬੀ ਵਰਗੀ ਲਾਂਹ ਤਾਂ ਜਿਹੜੀ ਆ ਜੇ ਕਿਸੇ ਪਾਸਿਓਂ ਘੱਟਦੀ ਆ ਤਾਂ ਉਹ ਘੱਟ ਸਕੇ। ਇਸੇ ਤਰ੍ਹਾਂ ਅਸੀਂ ਕਿਸੇ ਹੋਰ ਪੰਚਾਇਤ ਦੇ ਨਾਲ ਤੁਹਾਨੂੰ ਮਿਲਾਵਾਂਗੇ। ਤੁਸੀਂ ਵੇਖਦੇ ਰਹੋ ਔਨਲਾਈਨ ਮਾਝਾ ਲਾਈਵ ਟੀਵੀ।